ਹੋਇਆ ਦੇਖੋ ਅਸੀਂ ਇਹ ਤਾਂ ਗੱਲ ਮੰਨਦੇ ਹਾਂ ਕਿ ਭਾਨਾ ਕਈ ਵਾਰੀ ਭਾਵਕ ਹੋ ਕੇ ਸ਼ਬਦਾਂ ਦਾ ਖਿਆਲ ਨਹੀਂ ਰੱਖਦਾ, ਕਈ ਵਾਰੀ ਜਜ਼ਬਾਤੀ ਇੰਨਾ ਹੋ ਜਾਂਦਾ ਕਿ ਸ਼ਬਦ ਜਿਹੜੇ ਉਹ ਤੋਂ ਹੇਠਾਂ ਉੱਤੇ ਹੋ ਜਾਂਦੇ ਆ, ਜਿਹਦੇ ਨਾਲ ਮਨਾਂ ਨੂੰ ਠੇਸ ਵੀ ਪਹੁੰਚਦੀ ਹੈ। ਸਾਡਾ ਮਿੱਤਰ ਆ, ਮੈਂ ਵੀ ਆਮ ਤੌਰ ਤੇ ਬਹੁਤ ਵਾਰੀ ਬੈਠ ਕੇ ਸਮਝਾਉਂਦਾ ਹੁੰਦਾ ਕਿ ਯਾਰ ਭਾਨੇ ਜਦੋਂ ਆਪਾਂ ਕੋਈ ਬੋਲਣਾ ਸਾਡੇ ਸ਼ਬਦਾਂ ਦਾ ਬੜਾ ਸੁਮੇਲ ਹੋਣਾ ਚਾਹੀਦਾ। ਅਸੀਂ ਕਿਸੇ ਦਾ ਵਿਰੋਧ ਕਰਨਾ ਸਾਰਥਕ ਵਿਰੋਧ ਹੋਵੇ, ਦਲੀਲ ਨਾਲ ਹੋਵੇ, ਆਪਾਂ ਕੋਈ ਗੱਲ ਰੱਖਣੀ ਹੈ ਜੇ ਸਾਡੇ ਕੋਲੇ ਠੋਸ ਸਾਡੇ ਕੋਲੇ ਦਲੀਲ ਹੈ ਤਾਂ ਦੁਨੀਆ ਸੁਣਦੀ ਆ। ਅਸੀਂ ਇਸ ਗੱਲ ਨਾਲ ਬਹੁਤੇ ਕਹਿਣਗੇ ਕਿ ਬਾਈ ਉਹਨੇ ਐਂ ਬੋਲਿਆ ਐਂ ਬੋਲਿਆ, ਅਸੀਂ ਮੰਨਦੇ ਹਾਂ ਕਿ ਭਾਨਾ ਜਿਹੜੀ ਗੱਲਾਂ ਬਾਤਾਂ ਉਹਨੇ ਕਈ ਵਾਰੀ ਉਦੋਂ ਪਹਿਲਾਂ ਵੀ ਬੋਲਿਆ, ਉਹ ਟੋਲਾਂ ਤੇ ਵੀ ਕਈ ਵਾਰੀ ਲੜਿਆ ਖੜਕੇ, ਉੱਥੇ ਵੀ ਕਈ ਵਾਰੀ ਉੱਚਾ ਨੀਵਾਂ ਬੋਲ ਜਾਂਦਾ, ਨਹੀਂ ਪਤਾ ਲੱਗਦਾ ਬੰਦਾ ਇੰਨਾ ਹਾਈਪਰ ਹੋ ਜਾਂਦਾ ਇਸ ਕਰਕੇ। ਪਰ ਮੈਂ ਗੱਲ ਅਪੀਲ ਹੀ ਕਰਦਾ ਕਿ ਯਾਰ ਇੱਕ ਭਾਨਾ ਜਿਹੜਾ ਬੰਦਾ ਲਗਾਤਾਰ ਪੰਜਾਬ ਦੇ ਹਰ ਮੁੱਦੇ ਤੇ ਬੋਲਣ ਵਾਲਾ ਬੰਦਾ, ਲੜਨ ਵਾਲਾ ਬੰਦਾ, ਖੜਨ ਵਾਲਾ ਬੰਦਾ ਲੋਕਾਂ ਦੇ ਨਾਲ, ਕਦੇ ਟੋਲਾਂ ਦੇ ਖੜ ਕੇ ਲੜਾਈ ਕਰਦਾ, ਕਦੇ ਜੰਟਾਂ ਦੇ ਨਾਲ ਜਾ ਕੇ ਉੱਥੇ ਲੜਦਾ, ਜਿਹੜੇ ਮੈਨੂੰ ਮੇਰੇ ਧਿਆਨ 'ਚ ਇਹ ਗੱਲਾਂ ਸਾਰੀਆਂ ਕਿ ਕਿੰਨੇ ਲੱਖਾਂ ਰੁਪਈਏ ਜੰਟਾਂ ਦੇ ਕੋਲੋਂ ਦੱਬੇ ਹੋਏ ਭਾਨੇ ਵਰਗਿਆਂ ਨੇ ਵਾਪਸ ਕਰਾਏ ਆ, ਤੇ ਕਿੰਨੇ ਜੰਟ ਜਿਨ੍ਹਾਂ ਨੂੰ ਮੈਂ ਜਾਣਦਾ ਗੌਰਵ ਤਲਵਾੜ ਵਰਗੇ ਬੰਦੇ ਲੈ ਕੇ ਇੱਥੇ ਭਾਨੇ ਦੇ ਘਰੇ ਸਮਝੌਤਾ ਕਰਨ ਵੀ ਆਏ ਵੀ ਤੂੰ ਭਾਨਿਆਂ ਬੋਲਣਾ ਨਹੀਂ, ਆ ਚੱਕ ਤੈਨੂੰ ਕਿੰਨੇ ਪੈਸੇ ਲੋੜ ਹੈ ਦੇਣ ਨੂੰ ਤਿਆਰ ਆ, ਪਰ ਉਹ ਨਾ ਬੰਦਾ ਕਦੇ ਵੇਖਿਆ ਨਾ ਝੁਕਿਆ। ਹਮੇਸ਼ਾ ਸਰਕਾਰ ਦੀਆਂ ਜਿੰਨੀਆਂ ਗਲਤ ਨੀਤੀਆਂ ਨੇ, ਜਿੰਨੀਆਂ ਇਹ ਹੁਣ ਤੱਕ ਲੈ ਕੇ 14-15 ਮਹੀਨਿਆਂ ਦੇ ਵਿੱਚ, ਹੁਣ ਤੱਕ ਨਹੀਂ ਉਦੋਂ ਪਿੱਛੇ ਵੀ ਆਪਾਂ ਚਲੇ ਜਾਗੇ, 5 ਸਾਲ ਕਾਂਗਰਸ ਸਰਕਾਰ ਰਹੀ ਹੈ, ਉਦੋਂ ਪਹਿਲਾਂ ਬਾਦਲਾਂ ਦੀ ਸਰਕਾਰ ਰਹੀ ਹੈ, ਬਾਦਲਾਂ ਵੇਲੇ ਵੀ ਕਾਂਗਰਸ ਵੇਲੇ ਵੀ ਜਦੋਂ ਜਦੋਂ ਕੋਈ ਸਰਕਾਰਾਂ ਨੇ ਇੱਥੇ ਗਲਤ ਜਿਹੜੀਆਂ ਕਾਰਵਾਈਆਂ ਕੀਤੀਆਂ ਨੇ, ਗਲਤ ਨੀਤੀਆਂ ਲੈ ਕੇ ਆਏ ਆ, ਲੋਕਾਂ ਨਾਲ ਧੱਕਾ ਕੀਤਾ, ਤਾਂ ਭਾਨਾ ਹਰ ਸਮੇਂ ਬੋਲਦਾ ਰਿਹਾ, ਆਪਣੇ ਲੋਕਾਂ ਨਾਲ ਖੜਦਾ ਰਿਹਾ। ਹੁਣ ਵੀ ਇਹਦਾ 14-15 ਮਹੀਨਿਆਂ ਦੇ ਵਿੱਚ ਜੋ ਇਹ ਸਰਕਾਰ ਦੀ ਕਾਰਗੁਜ਼ਾਰੀ ਹੈ ਉਹਦੇ ਉੱਤੇ ਭਾਨੇ ਨੇ ਹਰ ਵਕਤ ਬੋਲਿਆ, ਚਾਹੇ ਉਹ ਭਗਵੰਤ ਮਾਨ ਦੀ ਕੋਠੀ ਮੂਹਰੇ ਧਰਨਾ ਲੱਗਿਆ ਵਾ ਸੀਗਾ, ਸਾਡੀਆਂ ਨੌਜਵਾਨ ਕੁੜੀਆਂ ਮੁੰਡੇ ਉੱਥੇ ਬੈਠੇ ਸੀ, ਉੱਥੇ ਵੀ ਜਾ ਕੇ ਉਹਨੇ ਬੋਲਿਆ, ਉਹਨਾਂ ਦੇ ਨਾਲ ਖੜਾ ਉੱਥੇ ਜਦੋਂ ਬੋਲਿਆ ਉਦੋਂ ਵੀ ਇਹ ਗੱਲਾਂ ਉਦੋਂ ਬੋਲੀਆਂ ਗਈਆਂ ਕਿ ਭਗਵੰਤ ਮਾਨ ਦੀ ਜਿਹੜੀ ਮਾਤਾ ਭਾਈ ਉਦੋਂ ਘਰ ਘਰ ਵੋਟਾਂ ਮੰਗਦੀ ਫਿਰਦੀ ਸੀ, ਹੁਣ ਇਹਨਾਂ ਦੀ ਸਾਰ ਨਹੀਂ ਲੈਂਦੇ, ਹੁਣ ਅੰਦਰ ਬੜੇ ਬੈਠੇ ਆ। ਉਹ ਗੁੱਸੇ 'ਚ ਰੱਖ ਲਓ, ਭਾਵੁਕਤਾ 'ਚ ਰੱਖ ਲਓ, ਬੰਦਾ ਬੋਲ ਜਾਂਦਾ, ਪਰ ਉਹ ਬੰਦਾ ਦਿਲ ਦਾ ਮਾੜਾ ਨਹੀਂ ਆ, ਸਾਰਾ ਨਗਰ ਖੜਾ। ਅਸੀਂ ਉਹਨਾਂ ਦੇ ਪਿੰਡ ਆਏ ਹੋਏ ਹਾਂ, ਅੱਜ ਮੇਰੇ ਨਾਲ ਬਾਪੂ ਬਲਕੌਰ ਸਿੰਘ ਖੜੇ ਆ, ਉਹਨਾਂ ਦਾ ਭਾਨਾ ਸਿੱਧੂ ਦਾ ਬਾਪੂ ਜੀ ਖੜੇ ਆ। ਸੋ ਮੈਂ ਅਪੀਲ ਕਰਦਾ ਬਾਈ, ਇਹ ਸਰਕਾਰ ਨੇ ਇੱਕ ਨੀਤੀ ਬਣਾ ਲਈ ਕਿ ਯਾਰ ਅਸੀਂ ਜਿਹੜਾ ਬੰਦਾ ਬੋਲੂਗਾ, ਜਿਹੜਾ ਬੰਦਾ ਆਵਾਜ਼ ਬੁਲੰਦ ਕਰੂਗਾ, ਜਿਹੜਾ ਬੰਦਾ ਇਹਨਾਂ ਨੇ ਕਰਤੂਤਾਂ ਜੱਗ ਜਾਹਰ ਕਰੂਗਾ, ਉਹ ਬੰਦਾ ਅਸੀਂ ਬਖਸ਼ਣਾ ਨਹੀਂ, ਕਿਸੇ ਰੂਪ 'ਚ ਵੀ ਅਸੀਂ ਉਹਨੂੰ ਲਪੇਟਣਾ। ਹੁਣ ਐਡਾ ਵੱਡਾ ਭਾਨੇ ਨੇ ਕਿਹੜਾ ਕ੍ਰਾਈਮ ਕਰਤਾ, ਐਡਾ ਵੱਡਾ ਕਿਹੜਾ ਜ਼ੁਲਮ ਕਰਤਾ ਭਾਨੇ ਨੇ ਕਿ ਉਹਦਾ ਜਿਹੜਾ ਘਰੇ ਮੁੰਡਾ ਰੱਖਿਆ ਰੋਟੀਆਂ ਲਾਉਣ 'ਤੇ ਉਹਨੂੰ ਚੱਕ ਕੇ ਲੈ ਗਈ ਪੁਲਿਸ, ਘਰੇ ਇੱਥੇ ਪੱਟ ਖੋਹ ਕਰਕੇ ਗਈ ਆ, ਬੈੱਡਾਂ ਬੁੱਡਾਂ ਦੀ ਹੋਰ ਜਿੰਨੇ ਬਿਸਤਰੇ ਆ ਉਹ ਪੱਟ ਖੋਹ ਕਰ ਗਏ। ਫਿਰ ਇੱਥੇ ਜਿਹੜਾ ਮੁੰਡਾ ਕਰਮਜੀਤ ਆ, ਕਰਮਜੀਤ ਮੁੰਡਾ ਇੱਕ ਫੜਿਆ ਹੋਇਆ ਹਾਲੇ ਵੀ ਪੁਲਿਸ ਕੋਲੇ, ਉਹਦਾ ਹੀ ਕਸੂਰ ਹੈ। ਫਿਰ ਉਹ ਮੁੰਡਾ ਆਪਣਾ ਭਾਨਾ ਮੌੜ ਸਰਪੰਚ, ਉਹਨੂੰ ਪੁਲਿਸ ਨੇ ਤੜਕੇ 4 ਵਜੇ ਆ ਕੇ ਚੱਕ ਲਿਆ ਘਰੋਂ। ਐਸ ਰੋਡ ਤਾਂ ਯਾਰ ਮੈਂ ਹੈਰਾਨ ਹਾਂ, ਤੁਸੀਂ ਇੱਕ ਪਾਸੇ ਦੇਖੋ ਜਿਨ੍ਹਾਂ ਨੇ ਐਡੇ ਐਡੇ ਵੱਡੇ ਕ੍ਰਾਈਮ ਕੀਤੇ ਨੇ। ਹੁਣ ਮੇਰੇ ਨਾਲ ਬਾਪੂ ਬਲਕੌਰ ਸਿੰਘ ਖੜਾ, ਸਿੱਧੂ ਮੂਸੇਵਾਲ ਦੇ ਕਾਤਲ, ਉਹਨੂੰ ਲਗਾਤਾਰ ਸਰਕਾਰਾਂ ਬਚਾਉਣ 'ਤੇ ਲੱਗੀਆਂ ਹੋਈਆਂ ਨੇ। ਸ਼ਰੇਆਮ ਆਪਾਂ ਦੇਖ ਰਹੇ ਹਾਂ ਕਿਵੇਂ ਉਹਨਾਂ ਬੰਦਿਆਂ ਦੀਆਂ ਲੋਰਸ ਵਰਗਿਆਂ ਦੀਆਂ ਇੰਟਰਵਿਊਆਂ ਆਉਂਦੀਆਂ ਨੇ ਜੇਲ੍ਹਾਂ ਦੇ ਵਿੱਚੋਂ। ਹਾਲੇ ਤੱਕ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ, ਤੇਰੇ ਕੋਲ ਇਹ ਨਹੀਂ ਪਤਾ ਲਗਾ ਸਕੀ ਤੂੰ ਇਹ ਸਰਕਾਰ ਹੈ ਭਗਵੰਤ ਸਿੰਘ ਮਾਨ, ਕਿ ਉਹ ਕਿਹੜੀ ਜੇਲ੍ਹ ਦੀ ਇੰਟਰਵਿਊ ਹੈ, ਕੋਈ ਸੈੱਟ ਨਹੀਂ, ਕੋਈ ਜਾਂਚ ਨਹੀਂ, ਕੋਈ ਮੁਕੱਦਮਾ ਨਹੀਂ ਉਹਦੇ ਦਰਜ ਹੋਇਆ, ਗੱਲ ਵਿੱਚ ਹੀ ਦੱਬਤੀ, ਕਿੱਡੀ ਵੱਡੀ ਗੱਲ ਹੈ। ਇੱਕ ਸ਼ਰੇਆਮ ਤੁਹਾਡੇ ਮੂੰਹ 'ਤੇ ਚਪੇੜ ਮਾਰ ਕੇ ਗਿਆ ਬੰਦਾ ਅੰਦਰੋਂ ਬੈਠਾ ਇੰਟਰਵਿਊਆਂ ਕਰਦਾ, ਦੂਜੇ ਪਾਸੇ ਆਪਣੇ ਸ਼ਰੇਆਮ ਚਿੱਟਾ ਵਿਖਦਾ, ਪਿੰਡ ਪਿੰਡ ਵਿਖਦਾ। ਅਸੀਂ ਮੈਂ ਵੀ ਖੁਦ ਕਈ ਵਾਰੀ SSP ਬਠਿੰਡਾ ਨੂੰ, ਜਿਹੜੀ ਉਹਨਾਂ ਦੀ SIT ਬਣੀ ਆ, ਉਹਨਾਂ ਦੇ ਮੁਖੀ ਨੂੰ, ਇੰਚਾਰਜ ਨੂੰ, ਉਹਨਾਂ ਦੇ ਨੂੰ ਦੱਸਿਆ ਵੀ ਭਾਈ ਫਲਾਨੇ ਫਲਾਨੇ ਬੰਦੇ ਜ਼ਿਲ੍ਹੇ ਬਠਿੰਡੇ ਚਿੱਟਾ ਵੇਚਦੇ ਆ, 15-15 ਸਾਲ ਦੇ ਜਵਾਕ ਸਾਡੇ ਰੋਜ਼ ਮਰਦੇ ਚਿੱਟੇ ਦੇ ਨਾਲ। ਉੱਥੇ ਪੁਲਿਸ ਕੀ ਕਰਦੀ ਹੈ ਜੀ, ਉੱਥੇ ਨਹੀਂ ਆਇਆ ਘਰ ਪੜਦੀ ਜਾ ਕੇ, ਘਰ ਦੀਆਂ ਬੁੜੀਆਂ ਨੂੰ ਧਮਕਾਉਂਦੀ, ਘਰ ਦੇ ਲਾਂਗੜੀਆਂ ਤੱਕ ਨੂੰ ਚੱਕ ਲਿਆਉਂਦੀ, ਉੱਥੇ ਕਿੱਥੇ ਗੰਦੇ ਆ ਪੁਲਿਸ ਵਾਲੇ। ਪਰ ਇੱਥੇ ਜੇ ਇੱਕ ਭਾਨੇ ਨੇ ਕੋਈ ਸੱਚ ਦੀ ਗੱਲ ਕੀਤੀ, ਹੱਕ ਦੀ ਆਵਾਜ਼ ਬੁਲੰਦ ਕੀਤੀ, ਇਹਨਾਂ ਨੇ ਚੱਕ ਕੇ ਭਾਨਾ ਉਹ ਚੱਕ ਕੇ ਐਸ ਐਕਟ ਲਾਤਾ, ਉਹਦੇ ਭਰਾ ਨੂੰ ਵੀ ਨਹੀਂ ਬਖਸ਼ਿਆ। ਉਹਦਾ ਭਰਾ ਆਮਨਾ ਉਹ ਇੱਥੇ ਸੀ, ਭਾਨਾ ਆਸਟ੍ਰੇਲੀਆ ਸੀ, ਉਹਦੀ ਜੋ ਵੀ ਗੱਲਬਾਤ ਹੋਈ ਬਾਹਰੋਂ ਹੋਈ ਹੈ, ਉਹਨੂੰ ਵੀ ਚੱਕ ਕੇ ਨਾਲ ਮੜਤਾ।
ਜਿਹੜੇ ਹੁਣ ਤੁਸੀਂ ਦੇਖੋ ਵੀ ਕਿੱਥੋਂ ਤੱਕ ਆ ਇਹ ਆਮ ਤੌਰ ਤੇ ਨਾ ਪੁਲਿਸ ਪਤਾ ਕੀ ਕਹਿੰਦੀ ਹੈ ਫਲਾਨਾ ਗੈਂਗਸਟਰ ਆ ਜੀ ਫਲਾਨਾ ਬਦਮਾਸ਼ ਆ ਜੀ ਅਸਲ ਬਦਮਾਸ਼ ਤਾਂ ਪੁਲਿਸ ਹੁੰਦੀ ਆ ਜੋ ਇਹਨੇ ਧੱਕੇਸ਼ਾਹੀ ਲੋਕਾਂ ਨਾਲ ਆ ਕੇ ਕਰਦੀ ਆ ਆਹ ਲਾਂਗ ਦੀ ਤੜਕੇ ਦਾ ਫੜਾ ਹੱਥੇ ਛੜਾ ਕੇ ਲਿਆਂਦਾ ਕੋ ਮੁੰਡਾ ਕਰਮੀ ਜਿਹੜਾ ਛੱਡਿਆ ਹੀ ਨਹੀਂ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਕੱਲ ਨੂੰ ਪਿੰਡ ਕੋਟ ਦੁੰਨੇ ਜ਼ਿਲ੍ਹਾ ਬਰਨਾਲਾ ਕੋਟ ਦੁੰਨਾ ਪਿੰਡ ਪੈ ਜਾਂਦਾ ਜਦੋਂ ਆਪਾਂ ਜਾਂਦੇ ਹਾਂ ਧਨੌਲੇ ਤੋਂ ਭਿੱਖੀ ਨੂੰ ਤਾਂ ਉਹ ਸੜਕ ਦੇ ਉੱਤੇ ਪਿੰਡ ਪੈ ਜਾਂਦਾ ਕੋਟ ਦੁੰਨਾ ਮੈਂ ਅਪੀਲ ਕਰਦਾ ਭਰਾਵੋ ਸਾਰੇ ਪੰਜਾਬ ਵਾਸੀਆਂ ਨੂੰ ਕਿ ਇੱਥੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਕੋਟ ਦੁੰਨੇ ਅੱਡੇ ਦੇ ਉੱਤੇ ਆਪਾਂ ਇਕੱਠ ਰੱਖਿਆ ਅਤੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚੋ ਜੇ ਅੱਜ ਵੀ ਅਸੀਂ ਆਵਾਜ਼ ਨਾ ਚੱਕੀ ਤਾਂ ਹਰ ਬੰਦੇ ਨੂੰ ਇਹ ਚੱਕ ਕੇ ਅੰਦਰ ਸੁੱਟਣਗੇ ਹਰ ਆਵਾਜ਼ ਇਹਨਾਂ ਨੇ ਦੱਬਣੀ ਹੈ ਕਿਉਂਕਿ ਇਹਨਾਂ ਨੇ ਸੋਚ ਲਿਆ ਕਿ ਜਿਹੜੇ ਬੋਲਦੇ ਆ ਨਹੀਂ ਸੂਤ ਆਉਂਦੇ ਚੱਕ ਕੇ ਜੇਲ੍ਹਾਂ ਸਿੱਟ ਦਿਓ ਕਿਸੇ ਦਾ ਪੇਜ ਬੰਦ ਕਰ ਦਿਓ ਕਿਸੇ ਪੱਤਰਕਾਰ 'ਤੇ ਪਰਚਾ ਦੇ ਦਿਓ ਇਹੀ ਕੁਛ ਇਹੀ ਕਰਤੂਤਾਂ ਸਰਕਾਰ ਕਰ ਰਹੀ ਹੈ ਇਹ ਸਭ ਨੂੰ ਮਾੜੀ ਸਾਬਤ ਹੋ ਰਹੀ ਆ ਸੋ ਇਸ ਕਰਕੇ ਮੇਰੀ ਅਪੀਲ ਆ ਕਿ ਕੱਲ੍ਹ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਕੋਟ ਦੁੰਨੇ ਪਿੰਡ ਅੱਡੇ 'ਤੇ ਆਪਾਂ ਪਹੁੰਚਣਾ ਅਤੇ ਮੈਂ ਅਪੀਲ ਕਰਦਾ ਕਿ ਵੱਧ ਤੋਂ ਵੱਧ ਭਰਾਵੋ ਜਿੰਨਾ ਤੁਸੀਂ ਭਾਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਹੋ ਉਹਦੀ ਸੋਚ ਨੂੰ ਸਮਝਦੇ ਹੋ ਕਿ ਉਹ ਬੰਦਾ ਯਾਰ ਨਾ ਵਿਕਿਆ ਨਾ ਝੁਕਿਆ ਨਾ ਦਬਿਆ ਬਥੇਰੀਆਂ ਉਹਨੂੰ ਵੀ ਔਫਰ ਆਈਆਂ ਬਥੇਰੇ ਕੁਛ ਲਾਲਚ ਦਿੱਤੇ ਗਏ ਪਰ ਉਹ ਬੰਦਾ ਤੁਹਾਡੇ ਨਾਲ ਡਟ ਕੇ ਖੜਿਆ ਪੰਜਾਬ ਨਾਲ ਖੜਾ ਤਾਂ ਕੱਲ੍ਹ ਨੂੰ ਵੱਡੀ ਗਿਣਤੀ ਜਿੱਥੇ ਪਹੁੰਚੋ ਅਗਲੇ ਸੰਘਰਸ਼ ਦੀ ਕੀ ਰੂਪ ਰੇਖਾ ਹੋਣੀ ਹੈ ਉਹ ਆਪਾਂ ਕੱਲ੍ਹ ਨੂੰ ਲਿਖਾਂਗੇ ਕੱਲ੍ਹ ਨੂੰ ਤੁਹਾਨੂੰ ਦੱਸਾਂਗੇ ਇਸ ਤੋਂ ਬਾਅਦ ਮੈਂ ਬਾਪੂ ਬਲਕੌਰ ਸਿੰਘ ਨੂੰ ਕਹੂੰਗਾ ਕਿ ਉਹ ਵੀ ਚੰਦ ਸਾਹਿਬ ਤੁਹਾਡੇ ਨਾਲ ਸਾਂਝੇ ਕਰਨਗੇ ਮਾੜਾ ਪਿੱਛੇ ਗੱਲ ਸਾਰਿਆਂ ਜਿਹੜੇ ਪਹਿਲੂ ਨੇ ਅੱਜ ਦੇ ਉਹ